ਔਜ਼ੁ ਬਿੱਲਾਹਿ ਮਿਨ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ। ਅਸਲਾਮੁ ਅਲੈਕੁਮ ਦੋਸਤੋ, ਆਪ ਦੇਖ ਰਹੇ ਹੈ ਉਕਾੜਾ ਐਨੀਮਲ ਟੀਵੀ ਔਰ ਮੈਂ ਆਪਕਾ ਮੇਜ਼ਬਾਨ ਰਾਏ ਸਾਕਿਬ ਅਲੀ। ਜਿੱਦਾਂ ਕਿ ਭਰਾਵਾਂ ਲਈ ਹਰ ਰੋਜ਼ ਮੁਖਤਲਿਫ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਈ ਦਾ ਜਨਾਬ, ਸਾਡੀ ਲੋਕੇਸ਼ਨ ਅੱਜ ਹੈ ਹੈਡ ਸੁਲੇਮਾਨ ਕੀ, ਪੂਰਾ ਬਾਰਡਰ ਦਾ ਇਲਾਕਾ ਹੈ ਅਤੇ ਅੱਲਾ ਦੇ ਹੁਕਮ ਨਾਲ ਇਸ ਇਲਾਕੇ ਦੀ ਮੱਝੀ ਵੀ ਜਿਹੜੀ ਜੂੰ 'ਚ ਜਾਂਦੀ ਆਪਦੇ ਇਲਾਕੇ ਦਾ ਨਾਂ ਰੋਸ਼ਨ ਕਰਦੀ ਹੈ। ਅਤੇ ਭਾਈ ਮਕਬੂਲ ਦੇ ਡੇਰੇ 'ਤੇ ਪਹੁੰਚੇ ਹਾਂ ਅਤੇ ਉਹਨਾਂ ਕੋਲ ਦੂਸਰਾ ਵਾਰਾ ਡਿਲੀਵਰ ਕੀਤੀ ਝੋਟੀ ਦੀ ਵੀਡੀਓ ਲੈ ਕੇ। ਅੱਜ ਤੋਂ ਕੋਈ ਦਿਹਾੜੇ ਪਹਿਲੇ ਚੀਚਾ ਵਤਨੀ ਮੰਡੀ ਲਾਈ ਸੀ ਅਤੇ ਮੇਰੇ ਭਰਾ ਨੇ ਮੰਡੀ 'ਚ ਐਲਾਨ ਕੀਤਾ ਸੀ। ਉਹਨੇ ਆਖਿਆ ਯਾਰ ਮੇਰੀ ਝੋਟੀ ਸ਼ੌਕ ਵਾਲੀ ਹੈ ਅਤੇ ਕੋਈ ਬੰਦਾ ਸ਼ੌਕ ਵਾਲਾ ਮੈਨੂੰ ਨਹੀਂ ਲੱਭਿਆ ਅਤੇ ਮੈਂ ਆਪਦੇ ਵਤਨਾਂ 'ਤੇ ਵਾਪਸ ਲਈ ਜਾਂਦਾ। ਅਤੇ ਜਨਾਬ ਮੈਂ ਫਿਰ ਭਰਾ ਦੇ ਡੇਰੇ 'ਤੇ ਆ ਗਿਆ, ਆ ਕੇ ਮੱਝ ਦੀ ਚਵਾਈ ਕੀਤੀ ਹੈ, ਕਰਕੇ ਚਵਾਈ ਅਤੇ ਵੀਡੀਓ ਲਾਈ ਹੈ। ਅਤੇ ਮੇਰੇ ਬੜੇ ਪਿਆਰੇ ਭਾਈ ਅਰਸਲਾਨ ਅਰਸਲਾਨ ਜੱਟ ਛਿਛੜਾ ਸਾਹਿਬ ਜਿਹੜੇ ਆਪਣਾ ਮੁਜ਼ੱਫਰਗੜ੍ਹ ਤੋਂ ਨੇ, ਉਹਨਾਂ ਨੇ ਝੋਟੀ ਦੀ ਵੀਡੀਓ ਵੇਖੀ ਅਤੇ ਵੇਖ ਕੇ ਮੇਰੇ ਕੋਲੋਂ ਜਨਾਬ ਉਹਨਾਂ ਨੇ ਝੋਟੀ ਦੀ ਖਰੀਦਦਾਰੀ ਕੀਤੀ ਹੈ। ਅਤੇ ਅੱਲਾ ਪਾਕ ਉਹਦੇ ਨਸੀਬਾਂ 'ਚ ਕਰੇ। ਬੜੇ ਦਲੇਰ ਬੰਦੇ ਹੁੰਦੇ ਨੇ ਜਿਹੜੇ ਜਨਾਬ ਔਨਲਾਈਨ ਜਾਨਵਰ ਲੈਂਦੇ ਨੇ ਸਾਡੀਆਂ ਗੱਲਾਂ ਬਾਤਾਂ 'ਤੇ। ਬਾਕੀ ਸਦਾ ਬਾਦਸ਼ਾਹ ਹੀ ਉਹ ਸੋਹਣੇ ਰੱਬ ਦੀ ਹੈ ਅਤੇ ਉਹਦਾ ਹੀ ਨਾਂ ਹੈ ਅਤੇ ਬਕਾਇਆ ਇਹ ਦੁਨੀਆਦਾਰੀ ਦੀਆਂ ਖੇਡਾਂ ਬਣੀਆਂ ਨੇ, ਸਾਰੇ ਨਿਜ਼ਾਮ ਚੱਲ ਰਹੇ ਨੇ। ਅਤੇ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਤਾਂ ਕਿ ਮੇਰੇ ਭਰਾਵਾਂ ਨੂੰ ਪਤਾ ਲੱਗੇ ਵੀ ਅਸੀਂ ਕਿਹੋ ਜਿਹਾ ਸ਼ੌਕ ਕਰਨੇ ਆ। ਕੋਸ਼ਿਸ਼ ਕਰੀਦੀ ਕਿ ਅੱਛਾ ਜਾਨਵਰ ਭਰਾਵਾਂ ਨੂੰ ਵਹਾਈਏ ਅਤੇ ਬਕਾਇਆ ਮੱਝ ਦੇ ਆਹਾਰ ਸ਼ਾਰ ਮੁਕੰਮਲ ਚੈੱਕ ਕਰਾ ਦਿਆਂਗੇ। ਲੋੜ ਹੋਣ ਲੱਗੀ ਝੋਟੀ ਅਤੇ ਭਾਈ ਮਕਬੂਲ ਕੋਲੋਂ ਪੁੱਛਾਂਗੇ ਵੀ ਕੀ ਗੱਲਬਾਤ ਹੈ, ਸਾਰੀਆਂ ਦੱਸੇਗਾ। ਬਕਾਇਆ ਇਹ ਹੀ ਤੁਹਾਨੂੰ ਗੁਜ਼ਾਰਿਸ਼ ਕੀਤੀ ਕਿ ਮੇਰੀ ਮਿਹਨਤ ਇਹ ਹੀ ਹੈ, ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਲੱਗੀ ਬੈਲ ਦੀ ਘੰਟੀ ਨੂੰ ਦਬਾਓ। ਵੇਖੋ ਕੋਈ ਵੀ ਯੂਟਿਊਬਰ ਹੈ ਜਾਂ ਕੋਈ ਬੰਦਾ ਵੀ ਇਹਨਾਂ ਮਿਹਨਤ ਕਰਦਾ। ਹੁਣ ਭਾਈ ਮਕਬੂਲ ਹੁਰੀ ਨੇ ਆਪਦਾ ਸਾਰਾ ਦਿਨ ਬਾਹਰ 'ਚ ਭੱਜਦੇ ਨੇ, ਭੱਜ ਭੁੱਜ ਕੇ ਮਿਹਨਤ ਦੇ ਨਾਲ ਇਹੋ ਜਿਹੇ ਹੀਰੇ ਕੱਢਦੇ ਨੇ ਅਤੇ ਇਹਨਾਂ ਦੀ ਪਰਖ ਅੱਖਾਂ ਵਾਲਿਆਂ ਨੂੰ ਹੀ ਹੁੰਦੀ ਹੈ। ਸੋਨੇ ਦੀ ਕਦਰ ਸੁਨਾਰੇ ਨੂੰ ਹੁੰਦੀ, ਹੁਣ ਲੁਹਾਰ ਨੂੰ ਕੀ ਪਤਾ, ਲੋਹਾ ਕੁੱਟਣ ਵਾਲਾ ਉਹਨੇ ਤਾਂ ਕੁੱਟੀ ਜਾਣਾ ਅਤੇ ਸੋਨਾ ਕਿੰਨਾ ਹੁੰਦਾ ਇੰਨਾ, ਅਤੇ ਲੋਹੇ ਦਾ ਭਾਵੇਂ ਟਰੱਕ ਭਰੀ ਫਿਰੋ। ਮੈਂ ਵੱਡੇ ਜੋੜਾਂ ਦੀ ਕੱਦ ਦਰਮਿਆਨਾ, ਬਾਕੀ ਮੈਂ ਦੀਆਂ ਬੰਤਰਾਂ ਸਾਰੀਆਂ ਖੇਡਾਂ, ਬਾਕੀ ਇਹ ਵੀ ਇਸ ਦਿਹਾੜੇ ਜਿਹੜਾ ਨਾ ਹੁਣ ਮੈਂ ਥੋੜ੍ਹੀ ਜਿਹੀ ਉਜੜੀ ਬਾਜ਼ਾਰ ਬਜ਼ੂਰ ਮੈਂ ਨੇ ਚੱਲਿਆ ਸੀ ਐਵੇਂ ਭਾਈ ਮਕਬੂਲ। ਹਾਂਜੀ ਹਾਂਜੀ। ਅਤੇ ਜਿਹੜੇ ਸ਼ਿਕਾਰੀ ਨੇ ਉਹ ਖੂਬ ਸਮਝ ਜਾਂਦੇ ਨੇ ਵੀ ਜਦੋਂ ਬੰਦਾ ਬਾਜ਼ਾਰ 'ਚ ਮੱਝੀ ਪਾਉਂਦਾ ਅਤੇ ਆਪਦਾ ਜ਼ੋਰ ਪੂਰਾ ਮਾਰਦਾ। ਕੁਛ ਹਾਲਾਤ ਇਸ ਕਿਸਮ ਦੇ ਸਨ ਕਿ ਆਰਫ ਵਾਲੀ ਮੰਡੀ ਨਹੀਂ ਲੱਗੀ, ਜਿਹਦੀ ਵਜ੍ਹਾ ਤੋਂ ਠੇਕੇਦਾਰ ਨੇ ਨਹੀਂ ਲੱਗਣ ਦਿੱਤੀ, ਚੀਚਾਵਤਨੀ ਮੰਡੀ ਟੁਰ ਗਈ ਅਤੇ ਗਾਹਕ ਏਡੇ ਕੋਨੀ ਸਨ। ਬਾਕੀ ਅੱਖਾਂ ਵਾਲਿਆਂ ਨੇ ਖਰੀਦਦਾਰੀ ਕਰਨੀ ਹੁੰਦੀ, ਗੱਲਾਂ ਜਿੰਨੀਆਂ ਮਰਜ਼ੀ ਕੀਤੀ ਜਾਈਏ ਸਾਰੀਆਂ ਹੁੰਦੀਆਂ ਰਹਿਣਗੀਆਂ। ਬਾਕੀ ਰਹਿ ਰੱਬ ਦਾ ਨਾਂ ਹੈ, ਯਕੀਨ ਮੰਨੋ ਕਿ ਝੋਟੀ ਮੁਕੰਮਲ ਜਨਾਬ ਜਿਹੜੀ ਹੈ ਨਾ ਹੀਰਿਆਂ ਰੰਗੀ ਹੈ, ਸੋਹਣਾ ਧੁੰਨੀ ਤੋਂ ਲੈ ਕੇ ਅਤੇ ਸਾਰ ਤਿਕਰ ਲਿਬਾਸ ਹੈ। ਅਤੇ ਬਾਕੀ ਮਾਲਕ ਨਾਲ ਗੱਲਾਂ ਬਾਤਾਂ ਹੋਣਗੀਆਂ ਕੀ ਇਹਦਾ ਗੱਲਾਂ ਨੇ ਕੀ ਇਹ ਹੁਣ ਰਿਕਾਰਡ ਸ਼ਿਕਾਰਡ ਕਰੇਗੀ। ਅਤੇ ਭਾਈ ਮਕਬੂਲ ਝੋਟੀ ਨੂੰ ਕਿੰਨੇ ਕੁ ਦਿਹਾੜੇ ਹੋ ਗਏ ਨੇ ਸੂਈ ਨੂੰ? ਨਹੀਂ ਨਹੀਂ ਜੈਨਮਨ ਗੱਲ ਕਰਨੀ ਮੇਰੇ ਨਹੀਂ, ਮੇਰੇ ਹਿਸਾਬ 'ਚ ਝੋਟੀ ਨੂੰ ਅੱਜ 15 ਦਿਹਾੜੇ ਸੂਈ ਨੂੰ ਨੇ ਅਤੇ ਅੱਲਾ ਦੇ ਹੁਕਮ ਨਾਲ ਝੋਟੀ ਨੇ ਰਾਤ ਵੀ ਸੱਟਣੀ ਸ਼ੁਰੂ ਕਰ ਦਿੱਤੀ ਹੈ। ਬਕਾਇਆ ਚਵਾਈ ਹੋਈ ਨੂੰ ਜਨਾਬੇ ਵਾਲੀ ਨਾਲ ਕਿੰਨੇ ਵਜੇ ਸੁਬਹਾ ਚਵਾਈ ਕੀਤੀ? 6 ਵਜੇ ਚਵਾਈ ਹੋਈ ਹੈ ਅਤੇ ਮੈਂ ਜਨਾਬ ਐਡ ਸੁਲੇਮਾਨ ਕੀ ਬਾਰਡਰ ਦਾ ਇਲਾਕਾ ਕੈਮ ਜਿੰਦੇ ਕੀ ਉੱਥੇ ਭਰਾਵਾਂ ਕੋਲ ਪਹੁੰਚਿਆ ਅਤੇ ਟਾਈਮ ਜਨਾਬ 11 ਦਾ ਅਤੇ ਝੋਟੀ ਹੁਣੇ ਨਾਲ ਹੀ ਆਪਦੀ ਫੁੱਲ ਤਿਆਰੀ 'ਚ ਅਤੇ ਜਨਾਬ ਇਹ ਗੱਡੀ ਹੈ ਅਤੇ ਗੱਡੀ ਦਾ ਡਰਾਈਵਰ ਵੀ ਸਾਡਾ ਭਾਈ ਇਮਰਾਨ, ਅੱਲਾ ਦੇ ਹੁਕਮ ਨਾਲ ਔਨਲਾਈਨ ਜਾਨਵਰ ਜਿਹੜੀ ਜਗ੍ਹਾ 'ਤੇ ਵੀ ਜਾਣੇ ਹੁਣ ਪਾਕਿਸਤਾਨ ਦੇ ਪਹੁੰਚਾਉਂਦਾ ਅਤੇ ਬਿਲਕੁਲ ਜਨਾਬ ਹੁਣ ਤਿਆਰੀ ਮੈਂ ਦੀ ਲੋਡ ਕਰਨ ਦੀ ਝੋਟੀ ਦੀ।
ਬਾਕੀ ਕਈ ਬੰਦੇ ਨੈੱਟ 'ਤੇ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ, ਕਿਸੇ ਨੇ ਆਖ ਦੇਣਾ ਯਾਰ 2.5 ਲੈਣਾ, ਜੇ ਕਿਸੇ ਨੇ 3 ਆਖ ਦੇਣਾ। ਬਾਕੀ ਅਸੀਂ ਗੁੱਸਾ ਕਦੀ ਨਹੀਂ ਕੀਤਾ, ਹਰ ਬੰਦਾ ਮੱਝੀ ਦਾ ਖਰੀਦਦਾਰ ਨਹੀਂ ਹੁੰਦਾ, ਹਜ਼ਾਰਾਂ ਦੇ ਵਿੱਚੋਂ ਕੋਈ ਇੱਕਾ ਦੁੱਕਾ ਬੰਦੇ ਹੀ ਹੁੰਦੇ ਨੇ ਜਿਹੜੇ ਪਰਖ ਰੱਖਦੇ ਨੇ, ਅਤੇ ਮੱਝੀ ਜਿਹੜੀਆਂ ਨੇ ਜਿਗਰੇ ਨਾਲ ਲਈਆਂ ਜਾਂਦੀਆਂ ਨੇ, ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਸ਼ੌਂਕ ਵਾਲੀ ਮੱਝੀ ਲੈਣਾ। ਅਤੇ ਝੋਟੀ ਦੀਆਂ ਵੀ ਇਨਸ਼ਾਅੱਲਾ 20 ਪੁੱਜੀਆਂ ਨੇ, ਬਾਕੀ ਭਾਈ ਮਕਬੂਲ ਨਾਲ ਗੱਲਬਾਤ ਕਰਨੇ ਆ। ਅਤੇ ਅੱਜ ਦਿਹਾੜਾ ਜਨਾਬੇ ਵਾਲੀ ਮੰਗਲ ਦਾ ਹੈ, 17 ਤਰੀਕ ਹੈ। ਲਓ ਜੀ ਮਾਸ਼ਾਅੱਲਾ ਦਰਸ਼ਨ ਕਰਨੇ ਨੇ ਝੋਟੀ ਦੇ, ਅਤੇ ਵੀਡੀਓ ਬਹੁਤ ਹੀ ਲੰਮੀ ਹੁੰਦੀ, ਜਿਹੜੇ ਮੇਰੇ ਭਰਾ ਪ੍ਰਦੇਸ਼ਾਂ 'ਚ ਬੈਠੇ, ਦੂਰ ਦਰਾਜ ਇਲਾਕਿਆਂ 'ਚ ਬੈਠੇ ਸਾਡੀ ਵੀਡੀਓ ਨੂੰ ਵੇਖਦੇ ਨੇ, ਸਾਡੇ 'ਤੇ ਇਤਮਾਦ ਜਾਂ ਭਰੋਸਾ ਕਰਦੇ ਨੇ, ਯਕੀਨ ਮੰਨੋ ਕਿ ਉਦੋਂ ਦਿਲ ਬੜਾ ਖੁਸ਼ ਹੁੰਦਾ ਕਿ ਇੱਕ ਅਜਨਬੀ ਬੰਦਾ ਜਿਹੜਾ ਰੁਪਈਏ ਟੋਰ ਕੇ ਅਤੇ ਮੱਝੀ ਦੀ ਖਰੀਦਦਾਰੀ ਕਰਦਾ ਅਤੇ ਜਿਗਰੇ ਨਾਲ ਲਈ ਜਾਂਦੀ। ਇੱਥੇ ਬੰਦੇ ਹੱਥਾਂ 'ਚੋਂ ਰੁਪਈਏ ਦੇਣ ਲੱਗਾ, ਡਰਦੇ ਨੇ ਖਬਰੇ ਕੀ ਹੋਣਾ ਅਤੇ ਕੀ ਨਹੀਂ ਹੋਣਾ। ਅਤੇ ਸਾਰੀਆਂ ਝੋਟੀ ਦੀਆਂ ਗੱਲਾਂ ਬਾਤਾਂ ਕਰ ਲਈਆਂ ਨੇ, ਅਤੇ ਭਾਈ ਤਨਵੀਰ ਨਾਲ ਹੁਣ ਗੱਲਾਂ ਕਰਾਂਗੇ ਜਿਹੜਾ ਝੋਟੀ ਦਾ ਮਾਲਕ ਹੈ, ਅਤੇ ਕਿਹੜੇ ਇਲਾਕੇ ਦੀ ਹੈ, ਅਤੇ ਕਿਹੜੀ ਜਾਹ ਦੀ, ਅਤੇ ਕਿਹੜੀ ਨਸਲ ਇਹਦੀ। ਜੀ ਅਸਲਾਮ ਵਾਲੇਕਮ। ਵਾਲੇਕਮ ਸਲਾਮ ਜੀ। ਭਾਈ ਤਨਵੀਰ ਕੀ ਹਾਲ ਚਾਲ ਨੇ? ਠੀਕ ਜੀ ਅਲਹਮਦੁਲਿਲਾ। ਮਾਸ਼ਾਅੱਲਾ ਜੀ, ਤੁਸੀਂ ਵੀ ਨੀਲੀ ਦੇ ਲਾੜੇ ਜੇ ਤੇ ਬਾਦਸ਼ਾਹ ਜੇ, ਸੋਹਣਾ ਕੰਮ ਕਰਦੇ ਜੇ ਹੈ। ਬਾਕੀ ਉਹ ਆਂਦੇ ਨੇ ਬਾਦਸ਼ਾਹ ਹੀ ਹੁੰਦੀ ਜਿੰਦੇ ਪੱਲੇ ਹੈ, ਜਿੰਦੇ ਪੱਲੇ ਹੀ ਕੁਛ ਨਹੀਂ ਹੁੰਦੀ, ਕਾਹਦੀ ਬਾਦਸ਼ਾਹੀ। ਜਾ ਰਾਜੀ ਆ ਤੇਰੇ ਤੇ, ਬਾਕੀ ਹੀ ਮੇਰੇ ਤਾਂ ਮੇਰਾ ਹੀ ਤੂੰ ਗੱਲ ਕਰ ਦਿੱਤੀ, ਉਹ ਸਦਾ ਬਾਦਸ਼ਾਹ ਹੀ, ਉਹ ਸੋਹਣੇ ਰੱਬ ਦੀ ਤੇ ਉਹਦਾ ਹੀ ਨਾਂ ਹੈ, ਤੇ ਤਾਂ ਖੇਡਾਂ ਨੇ। ਨੀਲੀ ਬਾੜ ਦੀ ਮਾਝ ਜੀ ਕਾਇਮ ਜਿੰਦੇ ਖੀ ਜੂ ਖਰਲਾ ਦੀ ਮਾਝ ਤੇ ਬੜੀ ਮਾਝ ਅਨਮੋਲ ਤੇ ਬੜੀ ਨਸਲੀ ਮਾਝ। ਮਾਸ਼ਾਅੱਲਾ ਅੱਲਾ ਤੁਹਾਡੇ ਨਸੀਬਾਂ ਚ ਕਰੇ। ਤੇ ਕੀ ਲੇਖਾ ਲੁਕਾ ਮੱਝੀ ਦਾ ਸੀ? ਉਹ ਮੱਝੀ ਦਾ ਤਾਂ ਆਪੋ ਬੜੇ ਮੁੱਲ ਲਈ, ਕਿਸੇ ਦਾ 8 ਲੱਖ ਵੀ ਹੈ, 10 ਲੱਖ ਵੀ, 20 ਲੱਖ ਵੀ, ਮੱਝੇ ਦਾ ਕਿਹੜਾ, ਮੱਝੀ 30-30 ਲੱਖ ਤੇ ਜਾ ਰਹੀ ਹੈ। ਇਹ ਜਨਾਬ ਮੇਰੇ ਬੜੇ ਪਿਆਰੇ ਭਾਈ ਮਕਬੂਲ ਨਾਲ, ਭਾਈ ਤੁਹਾਡਾ ਕੀ ਨਾਂ? ਅਹਿਸਨ ਖਾਨ। ਤੇ ਆ ਚਾਚੇ ਹੋਰੀ ਬੈਠੇ ਨੇ, ਕੀ ਨਾਂ ਹੈ ਤੁਹਾਡਾ? ਅੱਲਾ ਦਿੱਤਾ ਮੁਹੰਮਦ। ਜਨਾਬ ਇੰਨੇ ਬੰਦਿਆਂ ਦੇ ਵਿੱਚ ਵੀਡੀਓ ਬਣਦੀ ਪਈ ਹੈ, ਅਤੇ ਬਾਕੀ ਭਾਈ ਤਨਵੀਰ ਕੋਲੋਂ ਜਿਹੜਾ ਨਾ ਭਰਾਵਾਂ ਨੂੰ ਮੁੱਲ ਛੁੱਲ ਦੀ ਵੀ ਸਾਰੀ ਵਾਈ ਲੈ ਕੇ ਦਿੰਦੇ ਹਾਂ, ਅਤੇ ਇਨਸ਼ਾਅੱਲਾ ਤਾਲਾ ਸਾਰੀਆਂ ਚੀਜ਼ਾਂ ਚੈੱਕ ਕਰਾਤੀਆਂ ਨੇ। ਭਾਈ ਤਨਵੀਰ ਕੀ ਮੱਝੀ ਦਾ ਮੁੱਲ ਹੈ, ਕੀ ਤੁਹਾਡਾ ਦੇਣ? ਬਸ ਜ਼ਰੂਰਤ ਦੇ ਖਾਤਰ ਤੁਹਾਨੂੰ ਵੇਚ ਛੱਡੀ, ਬੜੀ ਅਨਮੋਲ ਮੱਝੇ, ਅੱਲਾ ਤੁਹਾਡੇ ਨਸੀਬ। ਨਹੀਂ ਤੁਸੀਂ ਮੈਨੂੰ ਪਹਿਲੇ ਇਹ ਗੱਲ ਕੀਤੀ ਵੀ ਮੇਰੀ ਮੱਝੀ ਬੇਮੁੱਲੀ ਹੈ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਕੋਈ ਨਹੀਂ, ਬੜੀ ਨਸਲੀ ਮੱਝੇ ਤੇ ਬੜੀ ਬੇਕੀਮਤੀ ਮੱਝੇ, ਤੇ ਗਰਜ਼ ਦੇ ਪਿੱਛੇ ਸਾਨੂੰ ਤਾਂ ਮਜਬੂਰੀ ਹੈ, ਅਸੀਂ ਤਾਂ ਗਰਜ਼ ਦੇ ਪਿੱਛੇ ਵੇਚ ਛੱਡੀ। ਹਾਂਜੀ, ਨਹੀਂ ਤੇ ਥੱਲੇ ਕੱਟੀ ਅਸੀਂ ਕਿੱਥੇ ਦਿੰਦੇ? ਮਜਬੂਰੀ ਦਾ ਨਾਂ ਸ਼ੁਕਰੀਆ, ਸ਼ੁਕਰੀਆ। ਤੇ ਮੈਂ ਤੇ ਮੁੱਲ ਦੀ ਤੁਸੀਂ ਆਂਦੇ ਸਾਂ ਮੇਰੀ ਕੱਟੀ ਥੱਲੇ ਹੈ, ਇਹਦੇ ਤੇ ਕੋਈ ਸ਼ੱਕ ਵਾਲੀ ਗੱਲ ਹੀ ਕੋਈ ਨਹੀਂ, ਜਿਤਨੇ ਦੀ ਮੱਝੇ ਉਤਨੇ ਦੀ ਕੱਟੀ, ਆ ਜੀ ਕੋਈ ਦੇਵੇ ਤੇ 50,000 ਦੇ ਅਸੀਂ ਲੈ ਲਿਆ ਕੱਟੀ। ਅੱਛਾ ਚਲੋ, ਅੱਲਾ ਤਾਲਾ ਖੈਰ ਕਰੇ ਜੀ। ਮਾਸ਼ਾਅੱਲਾ ਸਾਰੀਆਂ ਗੱਲਾਂ ਬਾਤਾਂ ਭਰਾਵਾਂ ਨੂੰ ਵਿਖਾਈਆਂ ਨੇ, ਇਸ ਨਾਲ ਹੀ ਤੁਹਾਡੇ ਕੋਲੋਂ ਇਜਾਜ਼ਤ ਲੈਣਾ। ਇਹ ਭਾਈ ਮਕਬੂਲ ਨੇ, ਭਾਈ ਮਕਬੂਲ ਪਾਓ ਮੋਰਾ ਸ਼ੋਰਾ ਜਨਾਬ। ਇਹ ਗੱਡੀ ਏ ਲੋਡ ਹੋਣ ਲੱਗੀ ਏ, ਕੈਮ ਜਿੰਦੇ ਕਾ ਐਡ ਸੁਲੇਮਾਨ ਕੀ ਬਾਰਡਰ ਦਾ ਇਲਾਕਾ ਹੈ ਜਨਾਬ, ਅਤੇ ਝੋਟੀ ਦੀਆਂ ਇਨਸ਼ਾਅੱਲਾ ਤਾਲਾ 20 ਪੁੱਜੀਆਂ ਨੇ, ਦਿਲ ਕਰਦਾ ਕਿ ਬਾਰ ਬਾਰ ਭਰਾਵਾਂ ਨੂੰ ਵਿਖਾਈਏ। ਅਤੇ ਹੁਣ ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ ਜੀ, ਇੱਕ ਲਾਜਵਾਬ ਵੀਡੀਓ ਨਾਲ ਹਾਜ਼ਰ ਹੋਵਾਂਗੇ। ਪਾਕਿਸਤਾਨ ਜ਼ਿੰਦਾਬਾਦ। ਲਓ ਜੀ ਮਾਸ਼ਾਅੱਲਾ ਲੋਡ ਹੋਣ ਲੱਗੀ ਝੋਟੀ। ਬਕਾਇਆ ਜੀ ਲੋਡ ਕਰਾਉਣ ਲੱਗੇ ਹਾਂ ਝੋਟੀ। ਐਡ ਸੁਲੇਮਾਨ ਕੀ ਕੈਮ ਜਿੰਦੇ ਕੀ ਜਨਾਬ, ਉੱਥੋਂ ਮੁਜ਼ੱਫਰਗੜ੍ਹ ਲਈ ਤਿਆਰੀ ਝੋਟੀ ਦੀ, ਅਤੇ ਮੇਰੇ ਬੜੇ ਭਰਾਵਾਂ ਨੇ ਝੋਟੀ ਮੰਗੀ ਸੀ। ਬਾਕੀ ਅੱਲਾ ਪਾਕ ਨੇ ਜਿੰਦੇ ਨਸੀਬਾਂ 'ਚ ਤਾਂ ਦਾਣਾ ਪਾਣੀ ਕਰ ਲੈਂਦੇ, ਫੋਸੀ ਕਰ ਲੈਂਦੇ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਅੱਲਾ ਪਾਕ ਖੈਰ ਕਰਿਆ। ਜਾ ਸ਼ੇਰ ਨਹੀਂ ਹੈ ਕਿ ਆਈ ਬਾਤ ਹੈ ਤੇਰੇ ਅੱਗੇ ਕਰ। ਬੰਦ ਜੋ ਬਾਬਾ ਬੰਦ ਕਰੋ ਪੰਜਾਬ।
ਪਰਾ ਹੋ ਜਾਓ। ਦੇਖੋ ਜੀ ਮੱਝ ਅਰਸਲਾਨ ਤੇਰੀ ਐਡੀ ਬਖਤਾਂ ਵਾਲੀ ਹੈ ਨਾ, ਮਾਸ਼ਾਅੱਲਾ ਫਿਰ ਬਹਿ ਗਈ ਉਹ, ਚੁਆਈ ਕੀਤੀ ਹੈ ਨਾ ਅਤੇ ਸਕੂਨ ਦੇ ਨਾਲ ਬਹਿ ਗਈ ਉਹ। ਮਮਦੁਲਾ ਡਿੱਗ ਨਾ ਪਈ ਧਿਆਨ ਨਾਲ, ਬਾਕੀ ਜੀ ਸੁਣ ਰੱਬ ਦੇ ਹਵਾਲੇ।